ਏ ਭਾਈ ਨੂੰ ਹੋਰ ਕੋਈ ਗੱਲ ਦਿਖਾਓ ਇਹ ਕਿੰਨੇ ਦੀ ਹੈ ਦੀ ਕੀ ਪ੍ਰਾਈਸ ਹੈ ਇਹ 550 ਤੇ ਇਹ ਦੀ ਫੇ ਰਹਿ ਗਏ ਨੇ ਸਾਨੇ ਸਿੱਥੇ ਰਹਿ ਆਹ ਲਾ ਦੋ ਆਹ ਜੇ ਸਾਹਮਣੇ ਕਮਾਲ ਨਹੀਂ ਹੋ ਗਈ ਅਸੀਂ ਉੱਥੇ ਵੇਖੀ ਜਾ ਰਹੇ ਲੱਭੀ ਜਾ ਰਹੇ ਤੁਸੀਂ ਕੀ ਕਰਨ ੜੇ ਜੇ ਕਮਾਲ ਨੂੰ ਕਿਨੂੰ ਲੱਭ ਰਹੇ ਕਮਾਲ ਕੌਣ ਆ ਜਿਹਨੂੰ ਤੁਸੀਂ ਲੱਭੀ ਜਾਂਦੇ ਹੋ ਕਮਾਲ ਨਹੀਂ ਅਸੀਂ ਤੁਹਾਨੂੰ ਲੱਭ ਰਹੇ ਆ ਸਾਰਾ ਬਾਜ਼ਾਰ ਖੱਜਲ ਹੋ ਗਿਆ ਅਸੀਂ ਇੱਥੇ ਕੀ ਕਰ ਰਹੇ ਹੋ ਤੈਨੂੰ ਮੈਂ ਦੱਸਿਆ ਤੇ ਆ ਕਿ ਮੈਂ ਸਾਹਮਣੇ ਗਲੀ ਜੀ ਭਾਈਨ ਕੋਲ ਜਾ ਰਿਹਾ ਹਾਂ ਉਹ ਸ਼ਰਟਾਂ ਝੂਟਾ ਬਣਿਆ ਤੇ ਵੇਖਣਾ ਸੀ ਤੇ ਤੁਹਾਨੂੰ ਮੈਂ ਦੱਸ ਗਿਆ ਕਿ ਮੈਂ ਮਤ ਗਵਾ ਚ ਗਈਆਂ ਆਪਣੀਆਂ ਇਸ ਤੀ ਵਿਖਟੇ ਨਹੀਂ ਹੋਰ ਕੀ ਤੇ ਐਸੇ ਜਿਹੜਾ ਸਫਾਈ ਕਰਨਾ ਹੁੰਦਾ ਕੂੜਾ ਚੁਭਾਣਾ ਉਹਦੇ ਐਸੇ ਵਿਖਣ ਨੇ ਅੱਛਾ ਸ਼ਰਟਾਂ ਇੰਜ ਦੀਆਂ ਵੇਖਣਾ ਜਿਹਦੇ ਚ ਠੀਟ ਜਿਹੜਾ ਨਾ ਇਹ ਤੇ ਤੁਹਾਡਾ ਸਮਾਰਟ ਮੈਂ ਫਿਰ ਤੰਬੂ ਸੁਆਲਾ ਆਨੇ ਤੋਂ ਵਾਲੇ ਤੰਬੂਲਾ ਵਾਲਾ ਮੈਂ ਪਾਜੀ ਕੋਈ ਨਾ ਖੁੱਲੀਆਂ ਖੁੱਲੀਆਂ ਸ਼ਰਟਾਂ ਦਿਖਾਓ ਜੇ ਚੇ ਪੇਟ ਮਹਿਸੂਸ ਨਾ ਹੋ ਇਹਨੂੰ ਦਿਖਾਓ ਜੀ ਪਾਜੀ ਇਹਨੂੰ ਤੇ ਤੁਹਾਨੂੰ ਤੇ ਚੀਜ਼ ਲੈਣ ਦਾ ਪਤਾ ਹੀ ਨਹੀਂਗਾ ਠਹਿਰ ਜਾ ਮੈਂ ਆਪ ਪਸੰਦ ਕਰਕੇ ਦੇ ਦੇ ਖੁੱਲ ਨਹੀਂ ਪਾ ਕੇ ਝੱਲਾ ਗਿਆ ਬੰਦਾ ਲੱਗਦਾ ਯਾਰ ਇਹ ਖੁੱਲੀਆਂ ਦੁਨੀਆ ਸ਼ਰਟਾਂ ਜਿਹੜੀਆਂ ਨੇ ਟੀ-ਸ਼ਰਟਾਂ ਖੁੱਲੀਆਂ ਦੁਨੀਆ ਕੋ ਗਰਮੀ ਹੈ ਮੌਸਮ ਚੇਂਜ ਹੋ ਰਿਹਾ ਦੇਖੋ ਓਏ ਵੀ ਆ ਦੀ ਮੈਨੂੰ ਨਹੀਂ ਪਸੰਦ ਹੈਗੀ ਤੂੰ ਤੇਰੇ ਕਪੜੇ ਚ ਮੈਂ ਕਦੀ ਬੋਲ ਰਿਹਾ ਮੇਰੇ ਕਪੜੇ ਦੀ ਕਿਉਂ ਟਿੱਡ ਮੇਰਾ ਲੱਗਦਾ ਹੈ ਨਾ ਮੈਨੂੰ ਨਹੀਂ ਇਤਰਾਜ਼ ਤੇ ਤੈਨੂੰ ਮੈਨੂੰ ਤੇ ਇਤਰਾਜ਼ ਹੈ ਨਾ ਤੈਨੂੰ ਤੇ ਹਰ ਗੱਲ ਮੇਰੀ ਤੇ ਇਤਰਾਜ਼ ਆ ਕੋ ਹੋਰ ਇਸ ਤੋਂ ਵੀ ਲੋਸ ਦਫਾਓ ਭਾਜੀ ਇਸ ਤੋਂ ਵੀ ਜ਼ਰਾ ਟਿੱਡ ਦਾ ਇੱਕ ਹੱਲ ਹੈ ਮੇਰੇ ਕੋਲ ਕੀ ਆ ਲੈ ਟਿੱਡ ਦੇ ਡੰਡਾ ਲਵਾ ਲੈ ਇਹ ਨਹੀਂ ਹੁੰਦਾ ਲੱਕੜ ਛਿੱਲਣ ਵਾਲਾ ਡੰਡਾ ਉਹ ਟਿੱਡ ਤਾ ਬੜੀ ਕੋਸ਼ਿਸ਼ ਕੀਤੀ ਇਹ ਨਹੀਂ ਕਟਿਆ ਤੇ ਪਹਿਲੇ ਕੋਈ ਚੋਰੀ ਦੇ ਨਾਲ ਭੈਣ ਦੀ ਜ਼ੁਬਾਨ ਹੀ ਘਟਵਾ ਦੇਆ ਮੈਨੂੰ ਇਹੇ ਵੇਲੇ ਆ ਤੇ ਤੈਨੂੰ ਬੜੀਆਂ ਗੱਲਾਂ ਯਾਦ ਹੈ ਭੈਣ ਨਾਲ ਤੇ ਤੈਨੂੰ ਕੋਈ ਗੱਲ ਨਹੀਂ ਆਏ ਵੇਖਣੀ ਜੇ ਸ਼ਰਟ ਹੋਣ ਕੇ ਨਹੀਂ ਵੇਖਣੀ ਯਾਰ ਤੂੰ ਮੈਨੂੰ ਮੈਂ ਅੱਡੇ ਰਾਮ ਨਾ ਵੇਖਣ ਦਾ ਤੂੰ ਆ ਗਿਆ ਹੋਂਸੇ ਆਪਾਂ ਮੇਰੀ ਜੱਟ ਅੱਛਾ ਮੇਰੀ ਗੱਲ ਸੁਣੋ ਆਪਣੇ ਲਈ ਕਿੰਨੀਆਂ ਸ਼ਰਟਾਂ ਲੈਣੀਆਂ ਜੇ ਮੈਂ ਭਾਵੇਂ ਜਿੰਨੀਆਂ ਮਰਜ਼ੀ ਲਾ ਤੈਨੂੰ ਕੀ ਲੱਗੇ ਮੈਂ ਇਹ ਕਹਿ ਰਹੀ ਆ ਕਿ ਦੋ ਤਿੰਨ ਆਪਣੀਆਂ ਲੋਗੇ ਨਾ ਤਾਂ ਕੋ 8-10 ਮੇਰੇ ਮਿੱਠੂ ਦੀਆਂ ਵੀ ਲੈ ਲੈ ਤਾਈ ਕੇ ਲੈ ਲੈਣਾ 8-10 ਥੋੜੀਆਂ ਅਗੋ ਮਹਿਮਾਨ ਹੋਣੇ ਨੇ ਆਪਾਂ ਵੀ ਦਾਵਤ ਦੂ ਵਤ ਖਾਂ ਹਾਂ ਆ ਆ ਆ ਸਾਲਾ ਤੁਹਾਡਾ ਪੋਚੇ ਮਾਰ ਰਿਹਾ ਨਾ ਆਇਆ ਸਾਰਾ ਮੈਂ ਇਹਨਾਂ ਕਿਸ ਸੀਜ਼ਨ ਸਿਰਫ ਟਾਡੇ ਲਈ ਚੇਂਜ ਹੋ ਰਿਹਾ ਉਹਦੇ ਲਈ ਚੇਂਜ ਨਹੀਂ ਹੋ ਰਿਹਾ ਤੁਹਾਨੂੰ ਜੋ ਪਤਾ ਹੈ ਗਰਮੀ ਉਹਨੂੰ ਬਰਦਾਸ਼ਤ ਨਹੀਂ ਉਹਦੀ ਸਕਿਨ ਖਰਾਬ ਹੋ ਜਾਂਦੀ ਹੈ ਫਿਰ ਤੇ ਫੇ ਪਾਕਿਸਤਾਨ ਜੀ ਕੀ ਕਰਨ ਡਿਆ ਵਾ ਜਾਏ ਏ ਤੋ ਕਿਤੇ ਦਫਾ ਤੂੰ ਕਿਸੇ ਗੱਟਰ ਚ ਰਹਿਐ ਚਰਾ ਓਏ ਤੇਰੀ ਉੱਤੇ ਜਿਹੜੀ ਸਕਿਨ ਖਰਾਬ ਹੁੰਦੀ ਗੱਟਰ ਜੀ ਤੂੰ ਠੀਕ ਰਵੇਂ ਭਾਜੀ ਹੋਰ ਕੋਈ ਅੱਛੇ ਜਗ੍ਹਾ ਐ ਮੇਰੇ ਮੇਰੇ ਮਿੱਠੂ ਦੇ ਨਾ ਕਲਰ ਤੇ ਜਿਹੜੇ ਕਲਰ ਸੂ ਇਹ ਪਿੰਕ ਕਲਰ ਦੇ ਦਿਖਾ ਨਜ਼ਰ ਆ ਪਿੰਕ ਜੀ ਬੇਬੀ ਪਿੰਕ ਹਾਂ ਨਾ ਪਤਾ ਪਤਾ ਤੁਹਾਨੂੰ ਕੀ ਪਤਾ ਚੀਜ਼ ਖੁਦਾ ਦਾ ਨਾਈ ਮੈਨ ਸਾਡੇ ਨਾਲ ਨਹੀਂ ਟਰਨਾ ਦਿੰਦਾ ਇਹ ਆ ਕੋ ਕਿੰਨਾ ਪਿਆਰਾ ਕੱਲ ਲੱਗਣਾ ਹੈ ਹੈ ਕਿ ਨਹੀਂ ਮੈਂ ਨਿਊ ਇਹਦੇ ਨਾਲ ਟਰਨਾ ਕਿਤੇ ਵੀ ਇਹ ਲੱਗਦਾ ਵਾਈਟ ਜੀਜ਼ ਦੇ ਉੱਪਰ ਇੰਨਾ ਸੋਹਣਾ ਹੀ ਲੱਗੇਗਾ ਨਾ ਮੇਰਾ ਭਰਾ ਪਾ ਕੇ ਛੱਡ ਲੱਗੇਗਾ ਨਾਲ ਟਰਦਾ ਮੈਂ ਵੀ ਉਹੀ ਲੱਗਾਗਾ ਜੋ ਇਹਨੂੰ ਲੋਕ ਸਮਝਦੇ ਆ ਕੇ ਬੜਾ ਤੁਸੀਂ ਟਰਦੇ ਮੈਨੂੰ ਮਤਲਬ ਲੱਗਦੇ ਹੋ ਜਿਵੇਂ ਅੱਗੇ ਬੜਾ ਤੁਹਾਡੇ ਮੈਂ ਨਕਸਨੀ ਦੇ ਵਾਲਾ ਆ ਭਾਈ ਮੈਂ ਕਿਹਾ ਮੈਂ ਸਨੀ ਦੇ ਵਾਲਾ ਭਾਜੀ ਕਿਹੜਾ ਰੰਗ ਦੇਣ ਦਿਓ ਕਾ ਜੂਨੇ ਚ ਫਸਿਆ ਲੱਗੇਗਾ ਤੂਰੀ ਕੀ ਗੱਲ ਫਸਿਆ ਫਿਰ ਫਸਿਆ ਜੂਨੇਸ ਦਾ ਫਿਰ ਅਜਾ ਤੁਸੀਂ ਜਾਓ ਮੈਂ ਆਪਣੀ ਸ਼ਾਪਿੰਗ ਕਰ ਤੂੰ ਉਸੇ ਕਹਾਸੀ ਸ਼ਾਪਿੰਗ ਕਰ ਜਲੇ ਤੇ ਤੁਸੀਂ ਮੇਰੇ ਪਿੱਛੇ ਕੀ ਕਰਨ ਆਏ ਅੱਛਾ ਪੈਸੇ ਵਾਲ ਪਰ ਤੁਸੀਂ ਲੈ ਆਏ ਹੋ ਤੇ ਸਾਨੂੰ ਕਹ ਲ ਦਿੱਤਾ ਦੋਨਾਂ ਪਹਿਨਾ ਪਰਾਉਣ ਨੂੰ ਤੇ ਜਾ ਕੇ ਸ਼ਾਪਿੰਗ ਕਰੋ ਲੈ ਆਓ ਪਰਸ ਨਹੀਂ ਪਰਾਉਣ ਤੇਰੇ ਕੋਲ ਨੇ ਉਹਨਾਂ ਦਾ ਕੀ ਕਰਨਾ ਹੀ ਉਹ ਕਿਹੜੇ ਮੇਰੇ ਕੋਲ ਨਹੀਂ ਕਮਾਲ ਨਹੀਂ ਮੈਂ ਕਮੇਟੀਆਂ ਦੇਣੀਆਂ ਨੇ ਮੇਰੇ ਕੋਲ ਹੀ ਹੈਗੇ ਪੈਸੇ ਮੈਨੂੰ ਸ਼ਰਟਾਂ ਲੈ ਆਂਦੇ ਅਸ ਮੈਨੂੰ ਪਸੰਦ ਕਰਦਾ ਤੂੰ ਨਿਕਲੋ ਕਰੋ ਆਪਣੇ ਲਈ ਵੀ ਪਸੰਦ ਕਰੋ ਮੈਂ ਆਪਣੇ ਪਰਾਂ ਲਈ ਪਸੰਦ ਕਰ ਰਹੀ ਹਾਂ ਕਾਹਦੇ ਆ ਤੇ ਮਿੱਠੂ ਹੱਸਦੀ ਇਹਦੇ ਅਸ ਕੋ ਕਬਰਸਤਾਨ ਪਸੰਦ ਕਰ ਉਹਦੀ ਜਗ੍ਹਾ ਪਸੰਦ ਕਰ ਇਹ ਗੱਲ ਤੂੰ ਪਾ ਕੇ ਦਫਨ ਹੋਣਾ ਨਾ ਲਾਣੀ ਸਾੜਨ ਨਾਲਾ ਮੈਂ ਤੂੰ ਛੱਡ ਦੇ ਐ ਵੀ ਐ ਵੀ ਐ ਕਲਰ ਸੇ ਮੇਰੇ ਮੇਰੇ ਦਿਲੋਂ ਇਹ ਕਲਰ ਨਾ ਲਾ ਮੈਂ ਨਿਉ ਪਾਣੇ ਆ ਕਲਰ ਜਿਹੜੇ ਤੂੰ ਇਹਨੂੰ ਤਾਂ ਲਾਲ ਆ ਕੇ ਗੰਢਈ ਐ ਮੈਂ ਆਪਣੇ ਵਾਲੇ ਪਸੰਦ ਕਰਨ ਦੇ ਆ ਇਹਨੇ ਜਿਹੜਾ ਕਲਰ ਇਹਨੂੰ ਸੋਨਾ ਲੱਗਣਾ ਉਹ ਤੁਹਾਡੇ ਦਿਲੋਂ ਲੱਥ ਜਾਣਾ ਹਾਂ ਮੇਨੂੰ ਸਿਰਫ ਪਜਾਮਾ ਮੇਰੇ ਦਿਲੋਂ ਕਿ ਤੂੰ ਸੀ ਨਾ ਉਹ ਹੱਥ ਜਾਣਾ ਮੈਂ ਤਾਂ ਕਹਿੰਦਾ ਅੱਲਾਹ ਕਰੇ ਮੈਂ ਤੇਰੇ ਦਿਲੋਂ ਲੱਥਾਂ ਤੇ ਮੇਰੇ ਮਗਰੋਂ ਵੀ ਲੱਥ ਜਾਓ ਹਾਂ ਲੱਥ ਜਾਓ ਹੋਰ ਕੋਈ ਸ਼ਰਟ ਮੇਰੇ ਮਗਰ ਆਈ ਕੌਣ ਤੂੰ ਆਈ ਹੈ ਕੌਣ ਉਹ ਗ੍ਰੀਨ ਪੈਰਟ ਕਲਰ ਦੀ ਸ਼ਰਟ ਦਿਖਾ ਮੇਰੇ ਅਸੇ ਨਹੀਂ ਹਾਂ ਆਪਣੇ ਮਿੱਠੂ ਵਾਸਤੇ ਹਰ ਇੱਕ ਇਹਦੇ ਇੱਕ ਛੋਟੀ ਵੀ ਲੀਲਾ ਜੇ ਤੈਨੂੰ ਬਾਣਾ ਤੋਂ ਤੇ ਮਿਠਾ ਦੇ ਦਾ ਕੋ ਐਡੀ ਦੀ ਪੈਂਪਰੀ ਵੀ ਬਾਨਣ ਨੂੰ ਬਿਠਾਵੇਂ ਪੈਂਪਰ ਲੈ ਲੈ ਰਾ ਬਹੁਤ ਕਰਦਾ ਜੀ ਕਿਹੜੀ ਸ਼ੈ ਮੈਨੂੰ ਸੋਹਣੀ ਲੱਗਦੀ ਤੁਸੀਂ ਤਾਂ ਸਾਰੀ ਜਾਂਦੇ ਹੋ ਹਣਾ ਆ ਵੇਖਤੇ ਸੇ ਕੀ ਹੋ ਗਿਆ ਕਿਹਦਾ ਕਾਲ ਕੀ ਹੋ ਗਿਆ ਕਿਹਦਾ ਸੂਟ ਕਰਦਾ ਤੁਦਾ ਦਾ ਨਾ ਮੇਰੇ ਦਿਨੋਂ ਲੱਤ ਕੇ ਨੇ ਕਲਰ ਮੈਂ ਨਹੀਂ ਪਾਣੇ ਮੇਰੇ ਕੋ ਘਰ ਵੀ ਪੇਓ ਤਾਂ ਮੈਂ ਨਹੀਂ ਪਾਣੇ ਇਹਨੂੰ ਲੈ ਕੇ ਮੇਰੇ ਮਗਰ ਆ ਗਈ ਮੈਨੂੰ ਤੇ ਪਸੰਦ ਕਰਨ ਦੇ ਅੱਛਾ ਠੀਕ ਹੈ ਘਾਰਾਂ ਦੇ ਜਿਹਨੇ ਪਹਿਨੇ ਨਾ ਪਾਣਾ ਉਹ ਵੀ ਮਿਠੂ ਨੂੰ ਦੇ ਦੇਓ ਤੇ ਇਹ ਤੋਂ ਵੀ ਲੈ ਕੇ ਦਿਓ ਨਾ ਹੁਣ ਪੁਰਾਣੇ ਕੱਪੜੇ ਦੇ ਕੇ ਛੇ ਤੇ ਲੱਗ ਕਿਉਂ ਮੈਂ ਆ ਕੇ ਤੇ ਹਾਂ ਐਡਾ ਮੈਂ ਉਹਦਾ ਮਖਰੂਜ਼ ਹੋਇਆ ਮੈਂ ਉਹ ਬਾਜੇ ਜੀ ਸਾਲਾ ਵੀ ਤੇ ਹੋਵੇ ਨਾ ਆ ਸਾਲਾ ਹੀ ਹੋਰ ਪਤਾ ਨਹੀਂ ਕਿਹੜਾ ਸਾਲਾ ਵਾ ਤੂੰ ਪਾਜੀ ਆਹ ਹੈ ਇਹ ਵਾਲੀ ਦਫਾਨਾ ਸਾਲਾ ਨਹੀਂ ਕਾਲਾ ਵਾ ਤੂੰ ਉਹ ਦੁਕਾਨਦਾਰਾਂ ਨੇ ਕਾਇ ਕੀ ਕਰੀ ਇਹ ਨਹੀਂ ਦੀ ਤੇ ਬੈਸ ਮੁਕਨੀ ਨੇ ਤੂੰ ਸਾਡੀ ਆ ਮੇ ਇਹ ਕਲਰ ਮੈਨੂੰ ਲੱਗਣੇ ਤੋੜਾ ਲਗਾ ਲਗਾ ਮੇਰੇ ਤੇ ਪਤਾ ਨਹੀਂ ਕਿ ਤਾਨੂੰ ਕੀ ਮਸਲਾ ਕੀ ਇਹ ਨਹੀਂ ਰਹਿ ਸਕਦੇ ਸੜ ਸੜ ਕੇ ਆਪਣਾ ਰੰਗ ਵੇਖ ਰੋ ਮੇਰੇ ਭਰਾ ਤੋ ਸੜ ਸੜ ਕੇ ਆਪਣੀ ਹਾਲਤ ਵੇਖ ਲੋ ਕਿੱਥੇ ਡਰ ਗਿਆ ਬਾਜ਼ਾਰ ਵੀ ਨਾ ਤੂੰ ਟਿੱਕੀ ਐਸਔਰਤ ਨੂੰ ਨਾ ਪਤਾ ਨਹੀਂ ਤੈਨੂੰ ਮਰਨ ਮਿੱਟੀ ਚੜੀ ਹੋਈ ਬਾਜ਼ਾਰ ਵੀ ਨਹੀਂ ਰੁਕਦੀ ਲੋਕਾਂ ਦਾ ਉਹਨਾਂ ਕੋ ਤਲਕ ਹੁੰਦਾ ਬੰਦੇ ਦਾ ਉਹ ਵੀ ਖਰਾਬ ਹੋਦਾ ਤਲਕ ਬੜਾ ਤੁਹਾਡਾ ਪੈਂਟ ਪੈਂਜਰ ਨਾਲ ਇੱਥੇ ਤੱਕ ਚੁੱਪ ਕਰ ਜਾ ਮੱਛੇਣਾ ਮਾਰਾਂਗਾ ਮੇਰੇ 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 ਭਰਾ ਤੇ ਹੱਥ ਚੜਨਾ ਚ ਮੈਂ ਦੱਸਤਾ ਅੱਜ ਗਣ ਤਾਂ ਮੇਰੇ ਮਗਰ ਕੀ ਲੈਣਾ ਮਗਰ ਕੀ ਤੁਹਾਡੇ ਮਗਰ ਮਤਲਬ ਕੀ ਮਤਲਬ ਤੁਹਾਡੇ ਮਗਰ ਪਿਓ ਦੇ ਕੋਲ ਆਪਣੀ ਮਾਂ ਕੋਲ ਜਾਓ ਮੈਨੇ ਮਗਰੋਂ ਲਥੋ ਮਗਨ ਨੂੰ ਲੈ ਜਾ ਕੇ ਇਹ ਗੱਲ ਤੇ ਮੈਨੂੰ ਅੱਛਾ ਲੱਗ ਰਿਹਾ ਤੇ ਮੈਂ ਆਪਣੇ ਲਈ ਲੈਣੀ ਕਿੱਥੇ ਪਾਵਾਂ ਮੈਂ ਵੀ ਪਾਵਾਂਗੀ ਸ਼ਰਟ ਕੀ ਗੱਲ ਮੈਂ ਨਹੀਂ ਪਾ ਸਕਦੀ ਮੈਂ ਮੇਰਾ ਮਤਲਬ ਹੈ ਕਿ ਮੈਂ ਕਪੜੇ ਲੈਣੇ ਹੁਣ ਛੱਡਦੇ ਆ ਹਾਂ ਛੱਡ ਦਿਓ ਆ ਪਹਿਰੇ ਮੇਰੀ ਗੱਲ ਸੁਣਾਉ ਨਾ ਸ਼ੇਰੀ ਹੁਣ ਕੀ ਨੇ ਲਓ ਨਾ ਹੁਣ ਤੁਸੀਂ ਲਓ ਤੂੰ ਪੈਸੇ ਆਇਆ ਗਰੰਡੇ ਉਹ ਤੁਹਾਡੇ ਲਈ ਮੈਂ ਸੂਟ ਲਿਆ ਹੋਇਆ ਮੈਂ ਸੂਟ ਮੈਂ ਸੂਟ ਲੈ ਕੇ ਰੱਖਿਆ ਹੈ ਤੁਹਾਡੇ ਲਈ ਕੋਟਲ ਆਇਆ ਨਾ ਉੱ ਗੋਟਾ ਵੀ ਲਗਾਵੇ ਪਖਿਆ ਸੂਟ ਮੈਂ ਆਪਣੀ ਜਾਨ ਵਾਸਤੇ ਤੂੰ ਕੀ ਸਮਝਦੀ ਮੈਂ ਤੁਹਾਡਾ ਪਿਆਰ ਨਹੀਂ ਕੀ ਮੈਂ ਬੜਾ ਵੀਆਈਪੀ ਆਲਾ ਸੂਟ ਲੈ ਕੇ ਰੱਖਿਆ ਤੁਹਾਡੇ ਨਹੀਂ ਉਹ ਕਿਹੜਾ ਦੋ ਦਰੀਆਂ ਤੇ ਇੱਕ ਤੰਬੂ ਮੇਰੇ ਕੋਲ ਨਾ ਤੂੰ ਨਾ ਪਰਹੋ ਜਾ ਸੂਟ ਰੱਖਿਆ ਇਹ ਤੇ ਸੁਆਣਾ ਮੈਂ ਅੱਛਾ ਚਲੋ ਮੈਂ ਨਹੀਂ ਤੂੰ ਅੱਛਾ ਇਹ ਤਵਰ ਦੇਖ ਕੇ ਕਿਹੋ ਜਿਹਾ ਲੱਗਦਾ ਆਪਕੋ ਮੈਨੂੰ ਤੇ ਲੱਗੇਗਾ ਤੇ ਤੁਹਾਨੂੰ ਤੇ ਹਰ ਕਲਰ ਹੀ ਸੋਨਾ ਲੱਗਦਾ ਤੁਸੀਂ ਐਵੇਂ ਮਤਲਬ ਓ ਭਾਈ ਨਾ ਕੋਤਾ ਹਨਾ ਮੇਰਾ ਇਹ ਇਹਦੇ ਵਿੱਚ ਵੱਡਾ ਲੈ ਲੈ ਸਾਹ ਹਾਂ ਇਹ ਠੀਕ ਜੀ ਹੈ ਨਾ ਇਹ ਸੂਟ ਕਰ ਲੈ ਕੋਟਾ ਕੋਟਾ ਤੱਕ ਵੱਡਾ ਸਾਲ ਲੈ ਲੋ ਤੇਰੀ ਮਮਾ ਦੇ ਦਰਬਾਰ ਤੇ ਪਾ ਪਾ ਜੀ ਸੇਮ ਕਲਰ ਦੇ ਵਿੱਚ ਨਾ ਇਹ ਦੋ ਇੱਕੋ ਜੇ ਇੱਕ ਤੁਸੀਂ ਆਪਣੇ ਲਈ ਲੈ ਲਓ ਇੱਕ ਮੇਰੇ ਮਿੱਠੂ ਲਈ ਦੋਨੋਂ ਇੱਕੋ ਜੇ ਪਾ ਗਏ ਨਿਕਣਾਂ ਦੋਨੋਂ ਮੈਂ ਨਿਊ ਉਹਦੇ ਨਾਲ ਦਾ ਪਾਣਾ ਤੁਸੀਂ ਜਾਓ ਮੈਨੂੰ ਲੈ ਲੈਂਦੇ ਨਹੀਂ ਤੇ ਮੈਂ ਜਰ ਟੁਰ ਚੱਲਾਂ ਨੇ ਕਿੱਥੇ ਚੱਲੇ ਆਹ ਚੱਲੋ ਉਹ ਲੋਗ ਧਾਰ ਤੇ ਦੇ ਜਣਾ ਜਾਂਦੀ ਕਾਰੇ ਹਾਸਤੇ ਉਹ ਹੋ ਸਹੀ ਬੰਦੇ ਮਸਾਦ ਕਰੀ ਲੰਦੋ ਤੁਸੀਂ ਆ ਗਏ ਤੇ ਤੇਰੇ ਭਰਾ ਕੋਈ ਇੰਨੇ ਪੈਸੇ ਵੀ ਨਹੀਂ ਹੈਗੇ ਮੇਰਾ ਪਰਸ ਘਰ ਰਹੇਗਾ ਆਪਣੇ ਜੁਆਈਆਂ ਭਈਆ ਨੂੰ ਜੀਹਾਂ ਲੈ ਕੇ ਦਿੰਦੇ ਨੇ ਪਤਾ ਨਹੀਂ ਕਿਵੇਂ ਤੁਸੀਂ ਮੇਰੇ ਪੇਜ ਪਏ ਮੈਂ ਤੁਹਾਨੂੰ ਲੈ ਕੇ ਦੇਣਾ ਕੁਝ ਬੰਦੇ ਦੁਨੀਆ ਤੇ ਤਰੀਕ ਬਲਦ ਪਤਲਾ ਨਾ ਹੁੰਦੇ ਪਤਲਾ ਹੀ ਪਤਲਾ ਮੇਰੇ ਕੋਲ ਚੇ ਪੈਣਾ ਨਾ ਗਾਵੇਂ ਵਾਕ ਆਹ ਕਦੀ ਵਾਰੀ ਮੈਂ ਐ ਐ ਐ ਸੌਣੀ ਲੱਗ ਐ ਐ ਸੌਣੀ ਲੱਗ ਚੰਡ ਪਾ ਲੈਣਾ ਬਾਅਦ ਚ ਗੁਆਣੀ ਹੁੰਦੇ ਆ ਆਪਣੇ ਬੱਕਰੀ ਨੂੰ ਪਾ ਦੇ ਅੱਛਾ ਤੂੰ ਐਸੇ ਨੂੰ ਪਾ ਹਕਾ ਨੂੰ ਮੈਨੂੰ ਜ਼ਰੂਰ ਬਾਣੀ ਬੱਕਰੀ ਨੂੰ ਪਾ ਦੇ ਕਾਹ ਕੀ ਹੁੰਦਾ ਛੇਰੀ ਯਾ ਮਤਲਬ ਖਿਆਲ ਕਰੀਦਾ ਹੁੰਦਾ ਜਿਹੜਾ ਜਿਹਦੇ ਵਿੱਚ ਅੱਲਾ ਪਾਕ ਨੇ ਜੀ ਕਮੀ ਰੱਖੀ ਹੋਵੇ ਨਾ ਉਸ ਬੰਦੇ ਦਾ ਖਿਆਲ ਕਰਨਾ ਚਾਹੀਦਾ ਇਹਦੇ ਚ ਥੋੜੀ ਜੀ ਕਮੀ ਨਹੀਂ ਰੱਖੀ ਇਹਦੇ ਚ ਢੇਰੋ ਢੇਰ ਕਮੀਆਂ ਅੱਲਾ ਨੇ ਰੱਖੀਆਂ ਨੇ ਪਹਿਲੀ ਗੱਲ ਮੂੰਹ ਮੱਥੇ ਨਹੀਂ ਲੱਗਦਾ ਇਹ ਕਮੀ ਨਹੀਂ ਪੂਰੀ ਹੋਣੀ ਸਿਰੇ ਉੜਦੇ ਆ ਰੋਜ਼ ਤੇ ਤੁਹਾਡੇ ਮੱਥੇ ਲੱਗਦਾ ਹੋਰ ਕਿੰਨਾ ਕੁ ਲੱਗ ਜਵੇ ਹੁਣ ਤੁਹਾਡੇ ਮੱਥੇ ਚ ਵਜੇ ਤੇ ਮੇਰਾ ਸਾਰਾ ਕਰਦਾ ਵੀ ਤਾਂ ਬੇੜਾ ਕਰਕੇ ਤਾਂ ਹੀ ਹੋਇਆ ਸਿਰੇ ਸਿਰੇ ਹੀ ਲੱਗਦਾ ਵਾ ਕੁਝ ਨਹੀਂ ਹੋ ਜਾਂਦਾ ਲੱਗਦਾ ਵਾ ਕਹਿੰਦਾ ਤੁਸੀਂ ਕਿਸੇ ਦੇ ਆਪਾਂ ਦੇ ਪਰਦਾ ਪਾਉਂ ਮੈਂ ਤੁਹਾਡੇ ਆਪਾਂ ਦੇ ਪਰਦਾ ਪਾਗਾ ਹੁਣ ਤੇਰੇ ਰੰਗ ਤੇ ਮੈਂ ਪਰਦਾ ਪਾਵਾਂ ਤੇ ਅੱਲਾ ਮੇਰੇ ਰੰਗ ਤੇ ਪਰਦਾ ਪਾਵੇਗਾ ਲੋਕਾਂ ਦੇ ਆਪਾਂ ਤੇ ਪਰਦਾ ਪਾਈਦਾ ਮੈਂ ਇਹੀ ਕਹਾਂ ਇਹ ਪਰਦਾ ਪਾ ਦਿਓ ਆਪਾਂ ਦੇ ਮੈਂ ਤੇਰੇ ਤੇ ਪਾ ਦੇਣਾ ਮੇਰੇ ਤੇ ਕਿਉਂ ਪਾ ਦੇਣਾ ਤੇਰੇ ਵਾਂਗੂ ਤੂੰ ਹੀ ਐ ਬੀ ਮੇਰੀ ਗੱਲ ਸੁਣੋ ਕੁਝ ਲੈਣਾ ਮੈਂ ਕੁਝ ਵੀ ਨਹੀਂ ਲੈਣਾ ਮੈਂ ਚੱਲਾਂ ਮੈਂ ਆਪਣੀ ਮਰਜ਼ੀ ਨਾਲ ਲੈਣ ਆ ਤੁਸੀਂ ਨਹੀਂ ਮੈਨੂੰ ਲੈਣ ਦਿੱਤਾ ਕੈਸੇ ਦੇਣਾ ਮੈਂ ਅੱਲਾ